ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਵ ਛੇਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਛੇਵੇਂ ਕਾਂਡ ਦਾ ਦੂਜਾ ਭਾਗ ਪ੍ਰਭੂ ਪ੍ਰੀਤਮ ਨੂੰ ਕਿੱਥੋਂ ਪਾਈਏ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਿਰ ਆਕਾਰ ਪ੍ਰਭੂ ਕਿਸੇ ਆਕਾਰ ਵਿੱਚ ਬੈਠਿਆ ਸਮਝਿਆ ਜਾਣਾ ਕੇਵਲ ਪਰਮ ਹੈ ਇੱਕ ਸਾਰ ਸਮਾਧੀਆਂ ਲਾਈ ਬੈਠੇ ਵੱਡੇ ਵੱਡੇ ਸਿੱਧਾਂ ਨੇ ਵੀ अपार अकाल पुरख ਦੇ ਸਾਖਸ਼ਾਤ ਦਰਸ਼ਨ ਵਿਅਕਤੀ ਰੂਪ ਵਿੱਚ ਅੱਜ ਤਾਈਂ ਨਹੀਂ ਕੀਤੇ ਜਿਸ ਸਰੂਪ ਦਾ ਕੋਈ ਆਦ ਹੈ ਉਸ ਦਾ ਅੰਤ ਜ਼ਰੂਰ ਹੁੰਦਾ ਹੈ ਆਦ ਅੰਤ ਤੇ ਬੰਦਨਾ ਵਿੱਚ ਅਕਾਲ ਪੁਰਖ ਕਿਵੇਂ ਹੋਵੇ ਇਸ ਲਈ ਅੱਖੀਆਂ ਨਾਲ ਇੱਕੋ ਸਮੇਂ ਸਾਰਾ ਵੇਖਿਆ ਜਾ ਸਕਣ ਵਾਲਾ ਆਪਣੀ ਕਿਰਤ ਤੋਂ ਅਡਰਾ ਅਕਾਲ ਪੁਰਖ ਦਾ ਨਿੱਜੀ ਆਕਾਰ ਜਾਂ ਕੋਈ ਵਿਸ਼ੇਸ਼ ਸਰੂਪ ਕੋਈ ਨਹੀਂ ਹੈ ਕਰਤੇ ਦੇ ਸਰਬਦਰਸ਼ਨਾਂ ਦੀ ਗੱਲ ਤਾਂ ਛੱਡੋ ਉਸ ਦੀ ਕਿਰਤ ਸ੍ਰਿਸ਼ਟੀ ਦੇ ਆਦ ਅੰਤ ਦਾ ਪਤਾ ਕਿਸੇ ਵੱਡੇ ਤੋਂ ਵੱਡੇ ਵਿਗਿਆਨਕ ਨੂੰ ਵੀ ਅੱਜ ਤਾਈਂ ਨਾ ਹੀ ਲੱਭਾ ਹੈ ਅਤੇ ਨਾ ਹੀ ਕਦੇ ਲੱਭ ਸਕੇਗਾ ਫਿਰ ਪ੍ਰਭੂ ਦੀ ਦਰਗਾ ਉਸ ਦੇ ਦਰਬਾਰ अथवा ਉਸ ਦੇ ਸ਼ਾਹੀ ਮਹੱਲਾਂ ਦਾ ਪਤਾ ਕਿਵੇਂ ਅਤੇ ਕਿੱਥੋਂ ਲੱਗੇ ਗ੍ਰਸਤ ਦਾ ਤਿਆਗ ਕਰਕੇ ਬੈਰਾਗੀ ਫਿਰਦੇ ਤੀਰਥਾਂ ਦੇ ਇਸ਼ਨਾਨਾ ਰਾਹੀ अथवा ਹੋਰ ਧਰਮ ਕਰਮਾਂ ਦੁਆਰਾ ਰੱਬ ਨੂੰ ਪਾਉਣ ਦੇ ਯਤਨਾਂ ਵਿੱਚ ਭਟਕਦੇ ਬੈਰਾਗੀ ਸਾਧੂਆਂ ਨੂੰ ਸੰਬੋਧਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਉਸ ਨਿਰਆਕਾਰ ਪ੍ਰਭੂ ਦੇ ਮਿਲਾਪ ਵਾਲੇ ਥਾਂ ਠਿਕਾਣੇ ਦੀ ਸੂਝ ਬਖਸ਼ਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਪ੍ਰਭੂ ਦੇ ਦਰਸ਼ਨਾਂ ਦੇ ਆਤਮਿਕ ਚਲਕਾਰੇ ਦਾ ਆਨੰਦ ਪ੍ਰਦਾਨ ਕਰਦੇ ਹਨ ਅਨਭਉ ਕਿਨੇ ਨਾ ਦੇਖਿਆ ਬੈਰਾਗੀ ਅੜੇ ਅਵਨ ਪੈ ਅਨਭਉ ਹੋਏ ਵਣ ਹੰਬੈ ਸਹਿ ਹضور ਦੇਖੈ ਤਾਂ ਪਾਉ ਭਵੇ ਬੈਰਾਗੀ ਅੜੇ ਹੁਕਮੇ ਬੂਝੇ ਤਾਂ ਨਿਰਭਉ ਹੋਏ ਵਣਾ ਹੰਬੈ ਹਰ ਪਖੰਡ ਨਾ ਕੀ ਚਈ ਬੈਰਾਗੀ ਅੜੇ ਪਖੰਡ ਰਤਾ ਸਭ ਲੋਗ ਵਣਾ ਹੰਬੈ ਤ੍ਰਿਸ਼ਨਾ ਪਾਸ ਨਾ ਛੋੜਈ ਬੈਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੈ ਤਨ ਮਿਰਤਕ ਹੋਏ ਵਣਾ ਹੰਬੈ ਸਾਤੂ ਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ ਜੇ ਲੋਚੇ ਸਭ ਕੋਈ ਵਣ ਹੰਬੇ ਪੰਨਾ 1104 ਅਰਥ ਹੇ ਅੰਜਾਨ ਬੈਰਾਗੀ ਪਰਮਾਤਮਾ ਨੂੰ ਇਨ੍ਹਾਂ ਅੱਖਾਂ ਨਾਲ ਕਦੇ ਕਿਸੇ ਨੇ ਨਹੀਂ ਵੇਖਿਆ ਉਸ ਦਾ ਤਾਂ ਆਤਮਕ ਚਲਕਾਰਾ ਹੀ ਵੱਜਦਾ ਹੈ ਤੇ ਇਹ ਆਤਮਕ ਚਲਕਾਰਾ ਤਦੋਂ ਵੱਜਦਾ ਹੈ ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ਹੇ ਅੰਜਾਨ ਬੈਰਾਗੀ ਜੋ ਮਨੁੱਖ ਪਰਮਾਤਮਾ ਖਸਮ ਨੂੰ ਹਰ ਵੇਲੇ ਅੰਗ ਸੰਗ ਸਮਝਦਾ ਹੈ ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ ਕਿ ਪ੍ਰਭੂ ਸਾਡੇ ਕੀਤੇ ਸਾਰੇ ਕਰਮਾਂ ਨੂੰ ਵੇਖ ਰਿਹਾ ਹੈ ਇਸ ਡਰ ਦੀ ਵਰਕਤ ਨਾਲ ਮਨੁੱਖ ਉਸ ਪ੍ਰਭੂ ਦਾ ਹੁਕਮ ਸਮਝਦਾ ਹੈ ਭਾਵ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਨੂੰ ਜੀਵਨ ਨੂੰ ਕਿਵੇਂ ਜੂਣਾ ਚਾਹੀਦਾ ਹੈ ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ ਕਿਉਂਕਿ ਰਜ਼ਾ ਨੂੰ ਸਮਝ ਕੇ ਸੰਸਾਰਕ ਡਰਾਂ ਵਾਲੇ ਕੰਮ ਕਰਨੇ ਛੱਡ ਦਿੰਦਾ ਹੈ हे ਅਣਜਾਣ ਵੈਰਾਗੀ ਇਹ ਤੀਰਥ ਇਸ਼ਨਾਨ ਜਾਂ ਹੋਰ ਧਰਮ ਕਰਮ ਆਦਿ ਕਰਕੇ ਪਰਮਾਤਮਾ ਨਾਲ ਠੱਗੀ ਨਾ ਕਰੀਏ ਸਾਰਾ ਜਗਤ ਅਡੰਬਰਾਂ ਵਾਲੇ ਧਰਮ ਕਰਮ ਕਰਨ ਦੇ ਵਹਿਣ ਵਿੱਚ ਪੈ ਕੇ ਪਖੰਡ ਵਿੱਚ ਰੁਝਿਆ ਹੈ ਪਰ ਪਖੰਡ ਕਰਮ ਕੀਤਿਆਂ ਤ੍ਰਿਸ਼ਨਾ ਖਲਾਸੀ ਨਹੀਂ ਕਰਦੀ ਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦਿੰਦੀ ਹੈ ਇਹ ਅਣਜਾਣ ਬੈਰਾਗੀ ਜੇ ਮਨੁੱਖ ਦਾ ਮਨ ਤ੍ਰਿਸ਼ਨਾ ਮਮਤਾ ਵੱਲੋਂ ਮਰ ਜਾਏ ਤਾਂ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ ਉਸ ਵਰਗੇ ਵੈਰਾਗੀ ਨੇ ਚਿੰਤਾ ਸਾੜ ਕੇ ਸਰੀਰ ਦਾ ਮੋਹ ਸਾੜ ਲਿਆ ਪਰ ਯਾਦ ਰੱਖੋ ਕਿ ਭਾਵੇਂ ਕੋਈ ਕਿੰਨੀ ਵੀ ਤਾਂ ਕਰੇ ਸਤਗੁਰ ਦੀ ਸ਼ਰਨ ਆਉਣ ਤੋਂ ਬਿਨਾ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਯੁਕਤ ਬਣਾਉਣ ਤੋਂ ਬਿਨਾ ਹਿਰਦੇ ਵਿੱਚ ਵੈਰਾਗ ਪੈਦਾ ਨਹੀਂ ਹੋ ਸਕਦਾ ਸ਼ਬਦ ਦਾ ਭਾਵ ਸਪਸ਼ਟ ਹੈ ਕਿ ਪਰਮਾਤਮਾ ਬਾਹਰ ਭਾਲਿਆਂ ਕਿਤੋਂ ਨਹੀਂ ਮਿਲਦਾ ਆਪਣੇ ਅੰਦਰੋਂ ਹੀ ਉਸ ਦਾ ਆਤਮਿਕ ਚਲਕਾਰਾ ਵੱਜਦਾ ਹੈ ਅਜਿਹੇ ਹੋਰ ਵੀ ਬੇਅੰਤ ਗੁਰੂ ਫਰਮਾਨ ਹਨ ਜਿਨ੍ਹਾਂ ਤੋਂ ਇਹੀ ਗਿਆਨ ਦ੍ਰਿੜ ਕਰਾਇਆ ਗਿਆ ਹੈ ਕਿ ਪਰਮਾਤਮਾ ਬਾਹਰੋਂ ਨਹੀਂ ਸਗੋਂ ਆਪਣੇ ਅੰਦਰੋਂ ਹੀ ਮਿਲਦਾ ਹੈ ਭੀਤਰ ਹੁੰਦੀ ਵਸਤ ਨਾ ਜਾਣੇ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੁੜੇ ਵਸੀ ਰਬ ਹਿਆਲੀਏ ਜੰਗਲ ਕਿਆ ਢੂੰਡੈ ਪੰਨਾ 1378 ਕਹਾਣੀਕਾਰਾਂ ਨੇ ਕਹਾਣੀ ਘੜ ਲਈ ਹੋਈ ਹੈ ਕਿ ਫਰੀਦ ਜੀ ਤਪ ਕਰਨ ਲਈ ਜੰਗਲਾਂ ਨੂੰ ਜਾ ਰਹੇ ਸਨ ਕਿ ਉਹਨਾਂ ਦੇ ਜਾਮੇ ਦਾ ਪੱਲਾ 베ਰੀ ਦੇ ਕੰਡੇ ਵਿੱਚ ਫਸ ਗਿਆ ਤਾਂ ਉੱਥੇ ਫਰੀਦ ਸਾਹਿਬ ਨੇ ਇਹ ਸ਼ਲੋਕ ਉਚਾਰਿਆ ਕੁੜਤੇ ਦਾ अथवा ਚਾਦਰ ਆਦ ਦਾ ਪੱਲਾ ਝਾੜੀ ਦੇ ਕੰਡਿਆਂ ਵਿੱਚ ਫਸ ਜਾਣ ਵਾਲੀ ਛੋਟੀ ਜੀ ਘਟਨਾ ਪਿੰਡੂ ਜ਼ਿੰਦਗੀ ਵਿੱਚ ਨਿਤ ਵਾਪਰਦੀ ਹੈ ਤਪ ਕਰਨ ਲਈ ਤੁਰੇ ਹੋਏ ਫਰੀਦ ਸਾਹਿਬ ਜੀ ਵਰਗੇ ਪੱਕੇ ਸੁਭਾਅ ਵਾਲੇ ਮਹਾਪੁਰਸ਼ ਅਜਹੀ ਛੋਟੀ ਜੀ ਗੱਲ ਤੋਂ ਆਪਣਾ ਇਰਾਦਾ ਕਦੇ ਨਹੀਂ ਬਦਲ ਸਕਦੇ ਸਨ ਇਹ ਬਚਨ ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਹਨ ਕਿ ਜੰਗਲਾਂ ਦੀਆਂ ਝਾੜੀਆਂ ਲਿਤਾੜ ਦੇ ਫਿਰਨ ਨਾਲ अथवा ਜੰਗਲਾਂ ਦੀ ਮਿੱਟੀ ਫੱਕ ਦੇ ਫਿਰਨ ਨਾਲ ਖੁਦਾ ਦਾ دیدار ਨਹੀਂ ਹੋ ਸਕਣਾ ਕਿਉਂਕਿ ਰੱਬ ਤਾਂ ਵਸਦਾ ਹਿਰਦੇ ਦੇ ਅੰਦਰ ਹੈ ਬਾਹਰ ਕਿੱਥੋਂ ਲੱਭਣਾ ਹੈ ਪਰਮਾਤਮਾ ਦੀ ਪ੍ਰਾਪਤੀ ਦੀ ਜਿਹੜੀ ਥਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਰੂਪਾਂ ਸਮੇ ਸਮਝਾਈ ਹੈ ਉਸ ਦਾ ਸੰਖੇਪ ਬੇਰਵਾ ਕਰੰਵਾਰ ਇਸ ਪ੍ਰਕਾਰ ਹੈ ਭਾਗੂੜਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਪਹਿਲਾ ਸਰੂਪ ਬਨ ਬਨ ਫਿਰਤੀ ਢੂੰਡਤੀ ਵਸਤ ਰਹੀ ਘਰਵਾਰ ਸਤਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਪੰਨਾ 934 ਅਰਥ ਜੋ ਜੀਵ ਇਸਤਰੀ ਉਸ ਪ੍ਰਭੂ ਦੀ ਖਾਤਰ ਜੰਗਲ ਜੰਗਲ ਢੂੰਡਦੀ ਫਿਰਦੀ ਸੀ ਉਸ ਨੂੰ ਪ੍ਰਭੂ ਨਾ ਮਿਲਿਆ ਕਿਉਂਕਿ ਉਹ ਵਸਤ ਤਾਂ ਹਿਰਦੇ ਘਰ ਦੇ ਅੰਦਰ ਹੀ ਸੀ ਜਦੋਂ ਸਤਿਗੁਰ ਨੇ ਪਰਮਾਤਮਾ ਦਾ ਮੇਲ ਕਰਾਇਆ ਤਾਂ ਇਹ ਉਸ ਦੇ ਨਾਮ ਵਿੱਚ ਜੁੜ ਬੈਠੀ ਤੇ ਉਸ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ। ਇਵੇਂ ਹੀ ਦੇਹ ਦਿਸ਼ ਢੂੰਡ ਘਰੇ ਮੈਂ ਪਾਇਆ ਮੇਲ ਭਇਆ ਸਤਿਗੁਰੂ ਮਿਲਾਇਆ। ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਿਤ ਬਾਦ ਵਿਖਾਣੇ ਭੀਤਰ ਹੁੰਦੀ ਵਸਤ ਨਾ ਜਾਣੇ। ਪੰਨਾ 152 ਅਰਥ ਜਿਸ ਦੀ ਖਾਤਰ ਲੋਕ ਤੀਰਥਾਂ ਤੇ ਕੰਡੇ ਤੇ ਜਾਂਦੇ ਹਨ ਉਹ ਕੀਮਤੀ ਰਤਨ ਮਨੁੱਖ ਦੇ ਹਿਰਦੇ ਵਿੱਚ ਹੀ ਵਸਦਾ ਹੈ ਪੰਡਤ ਵੇਦ ਆਦਿਕ ਧਰਮ ਪੁਸਤਕਾਂ ਨੂੰ ਪੜ ਪੜ ਕੇ ਚਰਚਾ ਹੀ ਕਰਦਾ ਰਹਿੰਦਾ ਹੈ ਉਹ ਦੂਜਿਆਂ ਨੂੰ ਮੱਤਾਂ ਦੇਣ ਵਾਲਾ ਬ੍ਰਾਹਮਣ ਆਪਣੇ ਅੰਦਰ ਵਸਦੇ ਨਾਮ ਪਦਾਰਥ ਨਾਲ ਸਾਂਝ ਨਹੀਂ ਪਾਉਂਦਾ ਮਲਾਰਕੀ ਬਾਾਰ ਵਿੱਚ ਸਤਗੁਰ ਦਾ ਫਰਮਾਨ ਪਾਉੜੀ ਹਉ ਕਿਆ ਆਖਿਆ ਇੱਕ ਜੀਵ ਤੇਰਾ ਅੰਤ ਨ ਕਿਨਹੀਂ ਪਾਇਆ ਸੱਚਾ ਸ਼ਬਦ ਵਿਚਾਰ 세 ਤੁਝੇ 마헤 ਸਮਾਇਆ ਇਕ ਭਗਵਾ ਵੇਸ ਕਰ ਭਰਮ ਦੇ ਵਿਣ ਸਾਧਗੁਰ ਕਿਨੇ ਨਾ ਪਾਇਆ ਦੇਸ ਦਸ਼ੰਤਰ ਭਵ ਥਕੇ ਤੁਧ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤਿ ਸੱਚ ਸਮਝਾਇਆ ਆਵਾ ਗੌਣ ਬਜਾਰੀਆ ਬਾਜ਼ਾਰ ਜਿਨੀ ਰਚਾਇਆ ਇਕ ਥਿਰ ਸੱਚਾ ਸਲਾਹਣਾ ਜੇਨ ਮਨ ਸੱਚਾ ਪਾਇਆ ਪੰਨਾ 1290 ਜਿਸ ਜਲਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਟੋ ਵੇਸ ਭੇਖ ਚਤੁਰਾਈ ਦੁਬਿਦਾ ਇਹ ਫਲ ਨਾਹੀ ਜਿਓ ਮਨ ਰੇ ਥੇਰ ਰਹੋ ਮਤ ਕਤ ਜਾਹੀ ਜਿਓ ਬਾਹਰ ਢੂੰਡਤ ਬਹੁਤ ਦੁਖ ਪਾਵੇਂ ਘਰ ਅੰਮ੍ਰਿਤ ਘਟ ਮਾਹੀ ਜਿਓ ਪੰਨਾ 598 ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲਖ ਸਿਰ ਜਿ ਨਿਹਾਲਿਆ ਉਜੜ ਭੁੱਲੇ ਰਾ ਗੁਰ ਦਿਖਾਲਿਆ ਸਤਿਗੁਰ ਸੱਚੇ ਵਾ ਸੱਚ ਸੰਭਾਲਿਆ ਪਾਇਆ ਰਤਨ ਕਰਾ ਦੀਵਾ ਬਾਲਿਆ ਸੱਚੇ ਸ਼ਬਦ ਸਲਾ ਸੁਖੀਏ ਸੱਚ ਵਾ ਲਿਆ ਨਿ ਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਮੋਂ ਭੁੱਲਾ ਜਗ ਫਰੇ ਬੇਤਾਲਿਆ ਪੰਨਾ 149 ਅਰਥ ਜੋ ਮਨੁੱਖ ਚਾਰੇ ਤਰਫਾਂ ਵੇਖ ਕੇ ਭਾਵ ਬਾਹਰ ਚੌਹੀ ਪਾਸੀ ਪਟਕਣਾ ਛੱਡ ਕੇ ਆਪਣਾ ਅੰਦਰ ਭਾਲਦਾ ਹੈ ਉਸ ਨੂੰ ਦੇਖ ਪੈਂਦਾ ਹੈ ਕਿ ਅਲੱਖ ਅਕਾਲ ਪੁਰਖ ਨੇ ਜਗਤ ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕੀਤੀ ਹੈ ਭਾਵ ਸੰਭਾਲ ਕਰ ਰਿਹਾ ਹੈ ਗੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਰਸਤਾ ਦਿਖਾਉਂਦਾ ਹੈ ਸੱਚੇ ਸਤਿਗੁਰੂ ਵਾਹ ਵਾਹ ਹੈ ਭਾਵ ਸ਼ਾਬਾਸ਼ ਹੈ ਜਿਸ ਗੁਰੂ ਦੀ ਬਰਕਤ ਨਾਲ ਸੱਚੇ ਪ੍ਰਭੂ ਨੂੰ ਸਿਮਰਦਾ ਹੈ ਜਿਸ ਮਨੁੱਖ ਦੇ ਅੰਦਰ ਸਤਿਗੁਰ ਨੇ ਗਿਆਨ ਦਾ ਜੀਵਾ ਜਗਾ ਦਿੱਤਾ ਹੈ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਭੂ ਨਾਮ ਰਤਨ ਲੱਭ ਪਿਆ ਹੈ ਗੁਰੂ ਦੀ ਸ਼ਰਨ ਆ ਕੇ ਸੱਚੇ ਸ਼ਬਦ ਗਿਆਨ ਦੀ ਰਾਹੀ ਪ੍ਰਭੂ ਦੀ ਸਿਫਤ ਸਲਾਹ ਕਰਕੇ ਮਨੁੱਖ ਸੁਖੀ ਹੋ ਜਾਂਦੇ ਹਨ ਖਾਸਮ ਵਾਲੇ ਹੋ ਜਾਂਦੇ ਹਨ ਪਰ ਜਿੰਨਾ ਪ੍ਰਭੂ ਦਾ ਡਰ ਨਹੀਂ ਰੱਖਿਆ ਉਹਨਾਂ ਨੂੰ ਹੋਰ ਡਰ ਮਾਰਦਾ ਹੈ ਉਹ ਹੰਕਾਰ ਵਿੱਚ ਪਏ ਗਲਦੇ ਹਨ ਪ੍ਰਭੂ ਦੇ ਨਾਮ ਤੋਂ ਭੁੱਲਾ ਹੋਇਆ ਜਗਤ ਬੇਤਾਲ ਬੇਥਵਾ ਫਿਰਦਾ ਹੈ ਪ੍ਰਿਯੋਪਯ ਕਰੇ ਸਭੇ ਹੈ ਜੋਤੀ ਗੁਰ ਭਾਵੇ ਪ੍ਰੇ ਪਾਈ ਪ੍ਰੇ ਨਾਲੇ ਸਦ ਹੀ ਸੱਚ ਸੰਗੇ ਨਦਰ ਹੀ ਮੇਲ ਮਿਲਾਈ ਪੰਨਾ 1273 ਭਾਗ ਐਡਾ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਦੇ ਫੁਰਮਾਨ ਘਰ ਮੈਂ ਵਸਤ ਅਗੰਮ ਅਪਾਰਾ ਗੁਰਮਤਿ ਖੋਜੇ ਸ਼ਬਦ ਵਿਚਾਰਾ ਨਾਮ ਨਵ ਨਿਧ ਪਾਈ ਘਰ ਮਾਹੀ ਸਦਾ ਰੰਗ ਰਾਤੇ ਸੱਚ ਸਮਾਹੀ ਪੰਨਾ 1175 ਸਰੀਰ ਪਾਲਣ ਕੋ ਬਾਹਰ ਜਾਏ ਨਾਮ ਨਾ ਲਹੇ ਬਹੁਤ ਵਿਗਾਰ ਦੁਖ ਪਾਏ ਮਨਮੁਖ ਅੰਦੇ ਸੂਝੇ ਨਾਹੀ ਫਿਰ ਘਿਰ ਆਏ ਗੁਰਮੁਖ ਵਤਿ ਭਾਵਣਿਆ ਪੰਨਾ 124 ਅਰਥ ਜੇ ਕੋਈ ਮਨੁੱਖ ਆਪਣੇ ਸਰੀਰ ਤੋਂ ਬਾਹਰ ਜੰਗਲਾਂ ਵਿੱਚ ਪਹਾੜਾਂ ਦੀਆਂ ਗੁਫਾਵਾਂ ਵਿੱਚ ਇਸ ਆਤਮਕ ਚਾਨਣ ਨੂੰ ਲੱਭਣ ਜਾਂਦਾ ਹੈ ਇਹ ਆਤਮਕ ਚਾਨਣ ਦੇਣ ਵਾਲਾ ਹਰ ਨਾਮ ਤਾਂ ਨਹੀਂ ਲੱਭਦਾ ਉਹ ਵਿਗਾਰ ਵਿੱਚ ਫਸੇ ਕਿਸੇ ਵਿਗਾਰੀ ਵਾਂਗ ਦੁਖੀ ਹੀ ਪਾਉਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਨੂੰ ਸਮਝ ਨਹੀਂ ਪੈਂਦੀ ਜੰਗਲਾਂ ਪਹਾੜਾਂ ਵਿੱਚ ਖਵਾਰ ਹੋ ਕੇ ਆਖਰ ਉਹ ਆ ਕੇ ਗੁਰੂ ਦੀ ਸ਼ਰਨ ਪੈ ਕੇ ਹੀ ਪ੍ਰਭੂ ਦਾ ਨਾਮ ਅੰਮ੍ਰਿਤ ਪ੍ਰਾਪਤ ਕਰਦਾ ਹੈ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਤੇ ਆਇਂਦਾ ਦਸਾਂਤਰ ਭਵੇ ਅੰਤਰ ਨਹੀਂ ਭਾਲੇ ਮਾਇਆ ਮੋਹ ਬੱਧਾ ਜਮ ਕਾਲੇ ਜਮ ਕੀ ਫਾਸੀ ਕਭੂ ਨਾ ਟੁੱਟੈ ਦੂਜੇ ਭਾਏ ਪਰਮਾਏਂਦਾ ਪੰਨਾ 1060 ਘਰੇ ਅੰਦਰ ਸਭ ਵਥ ਹੈ ਬਾਹਰ ਕਿਤੇ ਨਹੀਂ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ ਸਤ ਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤ ਗੁਰ ਦੀ ਆਦਿਖਾਈ ਰਹਾ ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ ਅੰਦਰ ਖੋਲੇ ਦਿਵ ਦਿஷ்ட ਦਿਖੇ ਮੁਕਤ ਦਵਾਰ ਅੰਦਰ ਮਹਿਲ ਅਨੇਕ ਹੈ ਜਿਉ ਕਰੇ ਵਿਸਾਰਾ ਮਨ ਚੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ 파ਰਖੀਆਂ ਵਥ ਸੰਭਾਲ ਲਈ ਗੁਰ ਸੋਝੀ ਹੋਈ ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਬਾਹਰ ਭਾਲੇ ਸੋ ਕਿਆਲ ਹੈ ਵਥ ਕਰੇ ਅੰਦਰ پائی ਭਰਵੇਂ ਭੂਲਾ ਸਭ जग ਫਿਰ ਮਨ ਮੁਖ ਪਤ ਗਵਾਈ ਘਰ ਦਰ ਛੋਡੇ ਆਪਣਾ ਆਰ ਘਰ ਝੂਠਾ ਜਾਈ ਚੋਰੇ ਵਾਂਗੂ ਪਕੜੀਏ ਨਿਤ ਨਾਵੇਂ ਚੋਟਾਂ ਖਾਈ ਜਿੰਨੀ ਘਰ ਜਾਂਤਾ ਆਪਣਾ ਸੇ ਸੁਖੀਏ ਭਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ দান ਕਰੇ ਕਿਸਿਆ ਕੀਏ ਆਪੇ ਦੇਹ 부ਝਾਈ ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸ਼ੋਭਾ ਪਾਈ ਪੰਨਾ 425 ਇਸ ਪੂਰੇ ਸ਼ਬਦ ਵਿੱਚ ਗੁਰਦੇਵ ਜੀ ਨੇ ਇਹੀ ਸਮਝਾਇਆ ਹੈ ਕਿ ਰੱਬ ਨੂੰ ਪਾਉਣ ਲਈ ਬਾਰ ਜੰਗਲਾਂ ਵਿੱਚ ਅਥਵਾ ਪਹਾੜਾਂ ਆਦ ਉਤੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਅਨਮਤੀਏ ਸਾਖਤ ਅਤੇ ਸਿਰਫਰੇ ਮੂਰਖ ਹੀ ਜਾਂਦੇ ਹਨ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਢਾਲ ਕੇ ਆਪਣੇ ਅੰਦਰ ਦੀ ਪੜਤਾਲ ਕਰਨ ਨਾਲ ਅੰਦਰੋਂ ਹੀ ਆਤਮਿਕ ਸੂਝ ਦੇ ਚਾਨਣੇ ਨਾਲ ਪ੍ਰਭੂ ਦੇ ਉਸ ਦਰਬਾਰ ਦੇ ਦਰਸ਼ਨ ਹੋ ਜਾਂਦੇ ਹਨ ਜਿਹੜਾ ਮਨੁੱਖ ਦੇ ਹਿਰਦੇ ਵਿੱਚ ਹੀ ਲੱਗਾ ਹੋਇਆ ਹੈ ਭਾਗ ਈੜੀ ਚੌਥੇ ਗੁਰੂ ਨਾਨਕ ਜੀ ਸ੍ਰੀ ਗੁਰੂ ਰਾਮਦਾਸ ਜੀ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕੋ ਹਾਰ ਗੁਰ ਗੁਰ ਨਿਸਤਾਰ ਪੰਨਾ 983 ਅਰਥ ਪਿੰਡ ਪਿੰਡ ਸ਼ਹਿਰ ਸ਼ਹਿਰ ਸਭ ਨੀ ਥਾਈਂ ਫਿਰ ਕੇ ਵੇਖ ਲਿਆ ਹੈ ਪਰਮਾਤਮਾ ਇਉਂ ਬਾਹਰ ਭਾਲਿਆ ਨਹੀਂ ਲੱਭਦਾ ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚੋਂ ਹੀ ਲੱਭਿਆ ਹੈ हे ਪ੍ਰਭੂ ਮੇਰੇ ਅੰਦਰ ਵੀ ਸਰਦਾ ਪੈਦਾ ਕਰਕੇ ਮੈਨੂੰ ਵੀ ਗੁਰੂ ਦੀ ਰਾਹੀ ਆਪਣੇ ਚਰਨਾਂ ਵਿੱਚ ਜੋੜ ਲੈ ਅਤੇ ਸੰਸਾਰ ਸਮੁੰਦਰ ਤੋਂ ਪਾਰ ਲੰਗਾ ਅੰਤਰਵਸਤ ਅਨੇਕ ਮਨਮੁਖ ਨਹੀਂ ਪਾਈਐ ਹਉਮੇ ਗਰ ਬੇਗਰਬ ਆਪ ਖੁਆਈਐ ਪੰਨਾ 639 ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੀ ਆਰਾਧਿਆ ਦੇਨ ਗੁਰਮੁਖ ਖੋਜ ਢੰਡੋਲਿਆ ਤਿਨ ਅੰਦਰੋਂ ਹੀ ਸੱਚ ਲਾਧਿਆ ਪੰਨਾ 313 ਭਾਗ ਸ ਪੰਚਮ ਗੁਰੂ ਨਾਨਕ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਜਿਨਾਂ ਬਾਤ ਕੋ ਬਹੁਤ ਅੰਧੇ ਸਰੋ ਤੇ ਮਿਟੈ ਸਭ ਗਿਆ ਸਹਿਜ ਸੈਨ ਅਲ ਸੁਖਮਨ ਨਾਰੀ ਉੰਦ ਕਮਲ ਵਿਖਸਿਆ ਦੇਖੋ ਆਚਰਜ ਭਇਆ ਜਿਹ ਠਾਕੁਰ ਕੋ ਸੁਣਤ ਆਗਾਦ ਬੋਧ ਸੋ ਹਿਰਦੈ ਗੁਰ ਦਇਆ ਰਹਾ ਜੋਏ ਦੂਤ ਮੁਹਿ ਬਹੁ ਸੰਤਾਵਤ ਤੇ ਭਿਆਨਕ ਭਇਆ ਕਰੇ ਬੇਨਤੀ ਹਰਾਖ ਠਾਕੁਰ ਤੇ ਹਮ ਤੇਰੀ ਸ਼ਰਨ ਰਿਹਾ ਜਹੇ ਭੰਡਾਰ ਗੋਬਿੰਦ ਕਾ ਖੁਲਿਆ ਜਹੇ ਪ੍ਰਾਪਤ ਤੈ ਲਿਆ ਏਕ ਰਤਨ ਮੋਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾ ਅਟਲ ਅਮਰ ਨ ਮੁਆ ਭਗਤ ਭੰਡਾਰ ਗੁਰ ਨਾਨਕ ਕੋ ਸੋਂਪੇ ਫਿਰ ਲੇਖਾ ਮੂਲ ਨ ਲਿਆ ਪੰਨਾ 612 ਸੋਠ ਰਾਗ ਦੇ ਇਸ ਸ਼ਬਦ ਦੀ ਤੁਕ ਦੇ ਅਰਥ ਹੈਰਾਨੀ ਭਰੀਆਂ ਖੁਸ਼ੀਆਂ ਦੀ ਹਾਦ ਹੋ ਗਈ ਇਹ ਸੰਸਾਰੀ ਲੋਕੋ ਵੇਖੋ ਕੀ ਅਨੋਖਾ ਕੌਤਕ ਵਰਤਿਆ ਹੈ ਜਿਸ ਪ੍ਰਭੂ ਬਾਰੇ ਇਹ ਸੁਣਦੇ ਆ ਰਹੇ ਹਾਂ ਕਿ ਉਹ ਮਨੁੱਖ ਦੀ ਸਮਝ ਤੋਂ ਬਹੁਤ ਪਰੇ ਹੈ ਮੇਰੇ ਗੁਰੂ ਨੇ ਉਸ ਆਗਾਤ ਬੁੱਧ ਪ੍ਰਭੂ ਨੂੰ ਮੇਰੇ ਹਿਰਦੇ ਦੇ ਅੰਦਰ ਹੀ ਮੈਨੂੰ ਵਖਾ ਦਿੱਤਾ ਹੈ ਹਿਰਦੇ ਦੇ ਅੰਦਰ ਹੀ ਪ੍ਰਮਾਤਮਾ ਦੇ ਦਰਸ਼ਨ ਕਰ ਲੈਣ ਵਾਲੇ ਅਨੋਖੇ ਕੌਤਕ ਉਪਰੰਤ ਕਈ ਗੱਲਾਂ ਕਾਰਨ ਮੈਨੂੰ ਜਿਹੜੇ ਬਹੁਤ ਚਿੰਤਾ ਫਿਕਰ ਲੱਗੇ ਰਹਿੰਦੇ ਸਨ ਉਹ ਸਭ ਮਿਟ ਗਏ ਮੇਰਾ ਪੁੱਠਾ ਪਿਆ ਹੋਇਆ ਹਿਰਦਾ ਕੋਲ ਫੁੱਲ ਖਿੜ ਗਿਆ ਹੈ ਆਤਮਿਕ ਅਡੋਲਤਾ ਵਿੱਚ ਮੇਰੀ ਲੀਨਤਾ ਹੋਈ ਰਹੀਂਦੀ ਹੈ ਅਤੇ ਮੇਰੀਆਂ ਸਾਰੀਆਂ ਇੰਦਰੀਆਂ ਹੁਣ ਮੇਰੇ ਮਨ ਨੂੰ ਆਤਮਿਕ ਸੁਖ ਦੇਣ ਵਾਲੀਆਂ ਹੋ ਗਈਆਂ ਹਨ ਜਿਹੜੇ ਕਾਮਾਦਕ ਵੈਰੀ ਮੈਨੂੰ ਸਤਾਇਆ ਕਰਦੇ ਸਨ ਉਹ ਹੁਣ ਮੇਰੇ ਨੇੜੇ ਟੁਕਣੋਂ ਡਰਦੇ ਹਨ ਸਗੋਂ ਤਰਲੇ ਕਰਦੇ ਹਨ ਕਿ ਅਸੀਂ ਹੁਣ ਤੇਰੇ ਅਧੀਨ ਹੋ ਕੇ ਰਹਾਂਗੇ ਸਾਨੂੰ ਮਾਲਕ ਪ੍ਰਭੂ ਦੀ ਕਰੋਪੀ ਤੋਂ ਬਚਾ ਲੈ ਮੇਰੇ ਅੰਦਰ ਕੌਤਕ ਅਜਿਹਾ ਵਰਤ ਰਿਹਾ ਹੈ ਕਿ ਉਸ ਅਵਸਥਾ ਵਿੱਚ ਪਰਮਾਤਮਾ ਦੀ ਭਗਤੀ ਦਾ ਖਜ਼ਾਨਾ ਮੇਰੇ ਅੰਦਰ ਖੁੱਲ ਗਿਆ ਹੈ ਪਰ ਇਹ ਖਜ਼ਾਨਾ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ ਨੋਟ ਭਾਗ ਰੇਖਾ ਲਿਖਵਾ ਸਕਣ ਦੀ ਖੁੱਲ ਜਿਵੇਂ ਮਨੁੱਖ ਨੂੰ ਮਿਲੀ ਹੋਈ ਹੈ ਉਸ ਬਾਰੇ ਅਸੀਂ ਹੁਕਮਲੇਖ ਵਿੱਚ ਪੜ ਆਏ ਗੁਰੂ ਨੇ ਮੈਨੂੰ ਇੱਕ ਐਸਾ ਰਤਨ ਬਖਸ਼ ਦਿੱਤਾ ਹੈ ਕਿ ਉਸ ਦੀ ਬਰਕਤ ਨਾਲ ਮੇਰਾ ਮਨ ਠੰਡਾ ਠਾਰ ਹੋ ਗਿਆ ਮੇਰਾ ਸਰੀਰ ਸ਼ਾਂਤ ਹੋ ਗਿਆ ਹੈ ਗੁਰੂ ਨੇ ਮੈਨੂੰ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੀ ਇੱਕ ਬੂੰਦ ਦਿੱਤੀ ਹੈ ਹੁਣ ਮੇਰਾ ਮਨ ਆਤਮਿਕ ਵਿਕਾਰਾਂ ਵੱਲੋਂ ਅਡੋਲ ਹੋ ਗਿਆ ਆਤਮਿਕ ਮੌਤ ਮੇਰੇ ਨੇੜੇ ਨਹੀਂ ਟੋਕ ਸਕਦੀ ਜਦੋਂ ਗੁਰੂ ਨੇ ਪ੍ਰਮਾਤਮਾ ਦੀ ਭਗਤੀ ਦੇ ਖਜ਼ਾਨੇ ਬਖਸ਼ ਦਿੱਤੇ ਫਿਰ ਕਰਮਾਂ ਦਾ ਹਿਸਾਬ ਕਿਸ ਨੇ ਮੰਗਣਾ ਸੀ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁਲਾਹੀਂ ਗੁਰ ਪ੍ਰਸਾਦੀ ਜਿਨਿ ਅੰਤਰ ਪਾਇਆ ਸੋ ਅੰਤਰ ਬਾਹਰ ਸੁਹਿਲਾ ਜਿਉ ਪੰਨਾ 102 ਅਰਥ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿੱਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਵੀ ਅਤੇ ਜਗਤ ਨਾਲ ਵਰਤੋਂ ਕਰਦੇ ਹੋਏ ਵੀ ਸਦਾ ਸੁਖੀ ਰਹਿੰਦੇ ਹਨ ਸਾਰਾ ਆਤਮਕ ਸੁਖ ਹਿਰਦੇ ਵਿੱਚ ਟਿਕੇ ਰਹਿਣ ਵਿੱਚ ਹੈ ਬਾਹਰ ਭਾਲ ਕਰਨ ਵਾਲੇ ਮਨੁੱਖ ਭਟਕਣਾ ਵਿੱਚ ਪੈ ਕੇ ਕੁਰਾਏ ਪੈਂਦੇ ਹਨ ਹਰ ਰਸ ਛੋੜ ਹੋਸ਼ ਰਸ ਮਤਾ ਘਰ ਮੈਂ ਵਸਤ ਬਾਹਰ ਉਠ ਜਾਤਾ ਪੰਨਾ 376 ਬਾਹਰ ਢੂੰਡਣ ਤੇ ਛੂਟ ਭਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਅਨਭਵ ਆਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨ ਕਤ ਹੋ ਜਾਇਆ ਥਾ ਪੰਨਾ 1002 ਅਰਥ ਮੇਰੇ ਗੁਰਦੇਵ ਜੀ ਨੇ ਮੇਰੇ ਹਿਰਦੇ ਘਰ ਵਿੱਚ ਹੀ ਮੈਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿੱਤੇ ਹਨ ਸੋ ਹੁਣ ਬਾਹਰ ਭਾਲ ਕਰਨ ਦੀ ਲੋੜ ਨਹੀਂ ਰਹੀ ਉਹ ਅਚਰਜ ਰੂਪ ਪਰਮਾਤਮਾ ਦਾ ਅਜਿਹਾ ਆਤਮਿਕ ਚਲਕਾਰਾ ਵਜਾ ਹੈ ਕਿ ਹੁਣ ਮੀਰਾ ਮਨ ਉਸ ਨੂੰ ਛੱਡ ਕੇ ਬਾਹਰ ਕਿਤੇ ਨਹੀਂ ਜਾਂਦਾ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਪਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੀਰਾ ਕੋਈ ਹੈ ਜਿਉ ਆਣ ਮਲਾਵੇ ਜਿਉ ਖਟ ਸ਼ਾਸਤਰ ਵਿਚਰਤ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨੇਵਲੀ ਕਰਮ ਆਸਨ 84 ਇਨਮੇ ਸ਼ਾਂਤ ਨਾ ਆਵੇ ਜੀਓ ਅਨਕ ਬਰਖ ਕੀਏ ਜਪ ਤਾਪਾ ਗਵਨ ਕੀਆ ਧਰਤੀ ਪਰਮਾਤਾ ਇਕ ਖਿਨ ਹਿਰਦੇ ਸ਼ਾਂਤ ਨਾ ਆਵੇ ਜੋਗੀ ਬੋੜ ਬੋੜ ਉਠਤਾ ਵੈ ਜੀਓ ਕਰ ਕਿਰਪਾ ਮੋਹ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭੂ ਅਬਨਾਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਪੰਨਾ 18 ਅਗਲੇ ਸ਼ਬਦ ਵਿੱਚ ਪੰਚਮ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਪਰਮਾਤਮਾ ਨੂੰ ਮਿਲਣ ਲਈ ਹਿਰਦੇ ਵਿੱਚ ਓਮ ਦਾ ਹਾੜਾ ਹੈ ਮੈਂ ਪ੍ਰਭੂ ਦੀ ਖੋਜ ਵਿੱਚ ਚੜ ਪਿਆ ਫਿਰ ਪਿਆਰੇ ਨਾਲ ਮਿਲਾਪ ਕਿਵੇਂ ਅਤੇ ਕਿੱਥੋਂ ਹੋਇਆ ਪੰਚਮ ਗੁਰੂ ਨਾਨਕ ਜੀ ਤੋਂ ਹੀ ਸਮਝਿਏ ਓਮ ਕੀ ਉਹ ਯੋ ਮਿਲਨ ਪ੍ਰਭ ਤਾਈ ਖੋਜ ਤ ਚਰਿਓ ਦੇਖੋ ਪ੍ਰੇਜਾਈ ਸੁਨ ਤ ਸੰਦੇਸ ਰੋ ਪ੍ਰੇਗ੍ਰਹਿ ਸੇਜ ਵਿਛਾਈ ਭ੍ਰੰ ਭ੍ਰਮ ਆਇਓ ਤਉ ਨਜ਼ਰ ਨ ਪਾਈ ਕਿਨ ਬਿਦ ਹੀਰੋ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾ ਏਕਾ ਸੇਜ ਵਿਸੀ ਤਨ ਕੰਤਾ ਤਨ ਸੂਤੀ ਪੈਰ ਸਦ ਜਾਗੰਤਾ ਪੀਓ ਮਦਰੋ ਤਨ ਮਤਵੰਤਾ ਤਨ ਜਾਗੇ ਜੇ ਪੈਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਝਾਗੇ ਕਿਨ ਰਹਿ ਨਾ ਪਾਵੂੰ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ ਭਾਉ ਕਿਰਪਾਲ ਸਤ ਸੰਗ ਮਿਲਾਇ ਬੂਝੀ ਤਪ ਤ ਕਰੇ ਪਿਰ ਪਾਇ ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇ ਕਹੋ ਨਾਨਕ ਗੁਰ ਪਰਮ ਚੁਕਾਇ ਜੈ ਦੇਖਾਂ ਤੈ ਪਿਰ ਹੈ ਭਾਈ ਖੋਲਿਓ ਕਾਪਾਟ ਤ ਮਨ ਠਹਿਰਾਈ ਰਹਾਉ ਦੂਜਾ ਪੰਨਾ 737 ਅਰਥ اے ਸੱਜਣ ਪ੍ਰਭੂ ਮੈਨੂੰ ਮਿਲ ਮੈਂ ਤੇਥੋਂ ਸਦਕੇ ਜਾਂਦੀ ਹਾਂ ਤੇਰੇ ਦਰਸ਼ਨਾਂ ਤੋਂ ਬਿਨਾ ਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ ਰਹਾ ਇਸਾ ਕੀ ਪਿਆਰੇ ਦਾ ਸੁਨੇਹਾ ਸੁਣਦਿਆਂ ਮੇ ਹਿਰਦੇ ਘਰ ਵਿੱਚ ਸੇਜ ਵਿਛਾ ਦਿੱਤੀ ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖੁਸ਼ੀ ਨਾਲ ਨੱਚ ਪਿਆ ਪ੍ਰਭੂ ਨੂੰ ਲੱਭਣ ਚੜ ਪਿਆ ਕਿ ਮੈਂ ਪਿਆਰੇ ਦੇ ਰਹਿਣ ਦੇ ਥਾਂ ਕਿਤੇ ਵੇਖਾਂ ਪਰ ਭਟਕ-ਭਟਕ ਕੇ ਮੋੜ ਆਇਆ ਤਦੋਂ ਪ੍ਰਭੂ ਦੀ ਮੇਰ ਨਿਗਾਹ ਪ੍ਰਾਪਤ ਨਾ ਹੋ ਸਕੀ ਜੀਵੀ ਇਸਤਰੀ ਅਤੇ ਪ੍ਰਭੂ ਪਤੀ ਦੀ ਇੱਕੋ ਸੇਜ ਜੀਵ ਇਸਤਰੀ ਦੇ ਹਿਰਦੇ ਵਿੱਚ ਵਿਸ਼ੀ ਹੋਈ ਹੈ ਪਰ ਜੀਵ ਇਸਤਰੀ ਸਦਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ। ਪ੍ਰਭੂ ਪਤੀ ਸਦਾ ਜਾਗਦਾ ਰਹਿੰਦਾ ਹੈ। ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦਾ ਹੈ। ਜੀਵ ਇਸਤਰੀ ਇਉਂ ਮਸਤ ਰਹਿੰਦੀ ਹੈ ਜਿਵੇਂ ਇਸਨੇ ਸ਼ਰਾਬ ਪੀਤੀ ਹੋਵੇ। ਜੇ ਪ੍ਰਭੂ ਪਤੀ ਆਪ ਜਗਾਏ ਤਾਂ ਜੀਵ ਇਸਤਰੀ ਜਾਗ ਵੀ ਸਕਦੀ ਹੈ। ਉਮਰ ਦੇ ਬਹੁਤ ਸਾਰੇ ਦਿਨ ਬੀਤ ਗਏ ਹਨ। ਮੈਂ ਬਾਹਰ ਹੋਰ ਹੋਰ ਦੇਸ਼ਾਂ ਵਿੱਚ ਭਾਲ ਵੇਖਿਆ ਹੈ। ਪਰ ਬਾਹਰ ਪ੍ਰਭੂ ਪਤੀ ਕਿਤੇ ਲੱਭਾ ਨਹੀਂ। ਬਾਹਰ ਭਾਲ ਭਾਲ ਕੇ ਮੈਂ ਨਿਰਾਸ਼ ਹੋ ਗਈ ਹਾਂ ਉਸ ਪ੍ਰਭੂਪਤੀ ਦੇ ਚਰਨਾਂ ਉੱਤੇ ਪੈਣ ਤੋਂ ਬਿਨਾਂ ਮੈਨੂੰ ਇੱਕ ਛਿਨ ਵਾਸਤੇ ਵੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਚੰਗੇ ਭਾਗ ਹੋਣ ਤਾਂ ਪ੍ਰਭੂ ਆਪ ਹੀ ਮਿਹਰ ਕਰਦਾ ਹੈ ਤੇ ਉਸ ਦਾ ਮਿਲਾਪ ਹੋ ਸਕਣ ਦਾ ਰਾਹ ਲੱਭ ਜਾਂਦਾ ਹੈ ਗੁਰੂ ਨਾਨਕ ਜੀ ਦਾ ਫਰਮਾਨ ਹੈ ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਗਿਆ ਹੈ ਮੈਨੂੰ ਉਸ ਨੇ ਸਤਿਗੁਰੂ ਬਾਣੀ ਦੀ ਵਿਚਾਰ ਸੰਗਤ ਵਿੱਚ ਮਿਲਾ ਦਿੱਤਾ ਹੈ ਮੇਰੀ ਵਿਕਾਰਾਂ ਦੀ ਤਪਸ਼ ਮਿਟ ਗਈ ਹੈ ਮੈਂ ਉਸ ਪ੍ਰਭੂਪਤੀ ਨੂੰ ਹਿਰਦੇ ਘਰ ਵਿੱਚ ਹਿਲਾ ਬ ਲਿਆ ਹੈ ਹੁਣ ਮੈਨੂੰ ਆਪਣੇ ਸਾਰੇ ਸ਼ਿੰਗਾਰ ਉਦਮ अथवा ਧਾਰਮਿਕ ਪਹਿਰਾਵੇ ਸੋਹਣੇ ਲੱਗਦੇ ਹਨ ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ ਗੁਰੂ ਨੇ ਮੇਰੇ ਅੰਦਰੋਂ ਭਰਮ ਦਾ ਪਰਦਾ ਲਾ ਕੇ ਮੇਰਾ ਮਨ ਟਿਕਾ ਦਿੱਤਾ ਹੈ ਹੁਣ ਮੈਂ ਜਿੱਧਰ ਵੇਖਦਾ ਹਾਂ ਮੈਨੂੰ ਪ੍ਰਭੂ ਹੀ ਦਿਖਦਾ ਹੈ ਬੇਖ ਠ ਗਉਰੀ ਖਾਏ ਮੂਠੋ ਚਿਤ ਸਿਰਜਣ ਹਾਰ ਗੋਬਿੰਦ ਗੁਪਤ ਹੋਏ ਰਿਓ ਨਿਆਰੋ ਮਤੰਗ ਮਤ ਅਹੰਕਾਰ ਪੰਨਾ 1229 ਅਰਥ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਠੱਗ ਬੁਟੀ ਖਾ ਕੇ ਮਨੁੱਖ ਆਤਮਿਕ ਸਰਮਾਏ ਵੱਲੋਂ ਲੁੱਟਿਆ ਜਾਂਦਾ ਹੈ ਇਸ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ ਹਉਮੇ ਦੀ ਮਤ ਦੇ ਕਾਰਨ ਹਾਥੀ ਵਾਂਗ ਫੁੱਲਿਆ ਰਹਿੰਦਾ ਹੈ ਇਸ ਦੇ ਅੰਦਰ ਹੀ ਪਰਮਾਤਮਾ ਛੁਪਿਆ ਬੈਠਾ ਹੈ ਪਰ ਉਸ ਤੋਂ ਵੱਖਰਾ ਨਹੀਂ ਰਹਿੰਦਾ ਭਾਗ ਹਾਹਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਦ ਮਾਇਆ ਕੈ ਭਇਓ ਬਾਬਰੂ ਸੂਝਤ ਨਹਿ ਕਛ ਗਿਆਨਾ ਘਟ ਹੀ ਪੀਤਰ ਬਸਤ ਨਿਰੰਜਨ ਤਾਕੋ ਮਰਮ ਨਾ ਜਾਨਾ ਪੰਨਾ 632 ਅਰਥ ਜੀਵ ਮਾਇਆ ਦੇ ਨਸ਼ੇ ਵਿੱਚ ਝੱਲਾ ਹੋ ਰਿਹਾ ਹੈ ਆਤਮਿਕ ਜੀਵਨ ਬਾਰੇ ਇਸ ਨੂੰ ਕੋਈ ਸੂਝ ਨਹੀਂ ਪੈਂਦੀ ਮਾਇਆ ਤੋਂ ਨਰਲੇ ਪ੍ਰਭੂ ਇਸ ਦੇ ਹਿਰਦੇ ਵਿੱਚ ਹੀ ਵਸਦਾ ਹੈ ਪਰ ਉਸ ਦਾ ਭੇਦ ਇਹ ਜੀਵ ਨਹੀਂ ਸਮਝਦਾ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹ ਉਪਜੋ ਕਛ ਗਿਆਨਾ ਘਟ ਹੀ ਮਾਹੇ ਨਰੰਜਨ ਤੇਰਾ ਤੈ ਖੋਜਤ ਉਧਿਆਨਾ ਪੰਨਾ 632 ਅਰਥ ਅਜੇ ਤੱਕ ਨਾ ਤੂੰ ਪਰਮਾਤਮਾ ਦੀ ਭਗਤ ਕੀਤੀ ਨਾ ਗੁਰੂ ਦੀ ਛਾਨ ਪਿਆ ਨਾ ਹੀ ਤੇਰੇ ਅੰਦਰ ਆਤਮਿਕ ਜੀਵਨ ਦੀ ਸੋਝੀ ਪਈ ਮਾਇਆ ਤੋਂ ਨਰਲੇਵ ਪ੍ਰਭ ਹਿਰਦੇ ਵਿੱਚ ਵਸ ਰਿਹਾ ਹੈ ਪਰ ਤੂੰ ਬਾਹਰ ਜੰਗਲਾਂ ਵਿੱਚ ਉਸ ਨੂੰ ਭਾਗਿਆ ਕੀਏ ਉਪਾਵ ਮੁਕਤ ਕੇ ਕਾਰਨ ਦਹ ਦੇਸ਼ ਕੋ ਉਠਤਾਇਆ ਕਟਹੀ ਭੀ ਪੀਤਰ ਬਸੇ ਨਿਰੰਜਨ ਤਾਕੋ ਮਰਮ ਨ ਪਾਇਆ ਪੰਨਾ 703 ਅਰਥ ਵਿਕਾਰਾਂ ਤੋਂ ਖਲਾਸੀ ਹਾਸਲ ਕਰਨ ਲਈ ਮੈਂ अनेका ਹਿਲੇ ਕੀਤੇ ਹਨ ਦਸੀਂ ਪਾਸੀ ਉਠ ਉਠ ਦੌੜਿਆ ਮਾਇਆ ਦੇ ਮੋਹ ਤੋਂ ਨਰਲੀਪ ਪ੍ਰਮਾਤਮਾ ਹਿਰਦੇ ਵਿੱਚ ਹੀ ਵਸਦਾ ਹੈ ਉਸ ਦਾ ਭੇਦ ਮੈਂ ਨਹੀਂ ਸਮਝਿਆ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾ ਪਹੁ ਪਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੂ ਇਹ ਗੁਰ ਗਿਆਨ ਬਤਾਈ ਜਾਂ ਨਾਨਕ ਬਿਨ ਆਪਾ ਜੀਨੇ ਮਿਟੇ ਨ ਭ੍ਰਮ ਕੀ ਕਾਇ ਪੰਨਾ 684 ਅਰਥ ਹੈ ਭਾਈ ਪਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈ ਸਾਰਿਆਂ ਵਿੱਚ ਵਸਣ ਵਾਲਾ ਅਤੇ ਮਾਇਆ ਤੋਂ ਲੇਪ ਰਹਿਣ ਵਾਲਾ ਪਰਮਾਤਮਾ ਇਰੇ ਨਾਲ ਹੀ ਵਸਦਾ ਹੈ ਰਹਾ ਜਿਵੇਂ ਫੁੱਲਾਂ ਉਹ ਵਿੱਚ ਸੁਗੰਧੀ ਵਸਦੀ ਹੈ ਜਿਵੇਂ ਕਿ ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਦਾ ਅਕਸ਼ ਭਾਵ ਪਰਛਾਵਾਂ ਚਿਹਰਾ ਵਸਦਾ ਹੈ ਤਵੇਂ ਪਰਮਾਤਮਾ ਇੱਕ ਰਸ ਸਭਨਾਂ ਦੇ ਅੰਦਰ ਵਸਦਾ ਹੈ ਗੁਰੂ ਦਾ ਆਤਮਿਕ ਜੀਵਨ ਦਾ ਉਪਦੇਸ਼ ਇਹ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਆਪਣੇ ਸਰੀਰ ਤੋਂ ਬਾਹਰ ਹਰ ਥਾਂ ਇੱਕ ਪਰਮਾਤਮਾ ਨੂੰ ਹੀ ਵਸਦਾ ਸਮਝੋ ਇਹ ਨਾਨਕ ਆਪਣਾ ਆਤਮਿਕ ਜੀਵਨ ਪਰਖਣ ਤੋਂ ਬਿਨਾਂ ਮਨ ਉਤੇ ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ ਤੇ ਉਤਨਾ ਚਿਰ ਸਰਬ ਵਿਆਪਕ ਪ੍ਰਭੂ ਦੀ ਸੂਝ ਨਹੀਂ ਆ ਸਕਦੀ ਭਾਗ ਕਕਾ ਮਨਮੁਖ ਅੰਦੇ ਮੂਰਖ ਸਾਖਤ ਬੇਤਾਲੇ ਮਨੁਖ ਉਸ ਬੇਅੰਤ ਅਤੇ ਸਰਬ ਨਿਵਾਸੀ ਪਰਮਾਤਮਾ ਦੀ ਸੋਝੀ ਆਪਣੇ ਹਿਰਦੇ ਸਰੀਰ ਵਿੱਚੋਂ ਕਰਨ ਦੇ ਥਾਂ ਉਸ ਨੂੰ ਪਾਉਣ ਲਈ ਉਜਾੜ ਜੰਗਲਾਂ ਵਿੱਚ अथवा ਪਹਾੜਾਂ ਦੀਆਂ ਬਰਫ਼ਾਂ ਵਿੱਚ ਸਰੀਰਿਕ ਤਪ ਸਾਧਦੇ ਹਨ ਦੁਰਲਭ ਮਨੁੱਖਾ ਸਰੀਰ ਦੀ ਪਾਲਣਾ ਕਰਨ ਵਾਲਾ ਧਰਮ ਤੇ ਆ ਕੇ ਇਸ ਨੂੰ ਜਪਾਂ ਤਪਾਂ ਦੁਆਰਾ ਕੀਣ ਕਰਨ ਦਾ ਭਾਵ ਕਰਦੇ ਹਨ ਸਤਿਗੁਰਾਂ ਦੇ ਇਸ ਫਰਮਾਨ ਦੀ ਨਰਾਦਰੀ ਕਰਦੇ ਹਨ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਅੰਤਰਵਸਤ ਮੂੜਾ ਬਾਹਰ ਪਾਲੇ ਮਨਮੁਖ ਅੰਧ ਫਿਰੇ ਬੇਤਾਲੇ ਜਿੱਥੇ ਵਾਥ ਹੋਵੇ ਤਿੱਥੋਂ ਕੋਈ ਨਾ ਪਾਵੇ ਮਨੁੱਖ ਕੋ ਧਰਮ ਨੂੰ ਭੁਲਾਵਣਿਆ ਪੰਨਾ 117 ਬਿਨ ਕਾਇਆ ਜੇ ਹੋਰ ਥਾਂ ਤੁਨ ਖੋਜਦੇ ਸੇ ਮੂੜ ਬੇਤਾਲੇ ਸੇ ਉਜੜ ਭਰਮ ਪੁਆਈਏ ਜਿਉ ਝਾੜ ਮਿਰਗ ਪਾਲੇ ਪੰਨਾ 309 ਅਰਥ ਜੋ ਮਨੁੱਖ ਪ੍ਰਭੂ ਨਾਮ ਸਰੀਰ ਤੋਂ ਬਿਨਾ ਕਿਸੇ ਹੋਰ ਥਾਂ ਲੱਭਦੇ ਹਨ ਉਹ ਮੂਰਖ ਹਨ ਮਨੁੱਖਾ ਸਰੀਰ ਵਿੱਚ ਆਏ ਪੂਤ ਹਨ ਜਿਵੇਂ ਕਸਤੂਰੀ ਨੂੰ ਆਪਣੀ ਹੀ ਨਾਭੀ ਵਿੱਚ ਨਾ ਜਾਣਦਾ ਹੋਇਆ ਹੰਨ ਝਾੜੀਆਂ ਵਿੱਚ ਲੱਭਦਾ ਫਿਰਦਾ ਹੈ ਤਵੇਂ ਇਹੋ ਜੇ ਮਨੁੱਖ ਭਰਮ ਵਿੱਚ ਪਾ ਕੇ ਬਨਾ ਵਿੱਚ ਪਾਉਂਦੇ ਫਿਰਦੇ ਹਨ ਘੜ ਘੜ ਅੰਤਰ ਏਕੋ ਹਰ ਸੋਈ ਗੁਰ ਮਿਲਿਆ ਇੱਕ ਪ੍ਰਗਟ ਹੋਈ ਏਕ ਏਕ ਰਹਾ ਭਰਪੂਰ ਸਾਖ ਤਨਾਰ ਲੋਭੀ ਜਾਣੇ ਦੂਰ ਪੰਨਾ 1177 ਅਰਥ ਇੱਕ ਪਰਮਾਤਮਾ ਹੀ ਹਰੇਕ ਸਰੀਰ ਅੰਦਰ ਵਿਆਪਕ ਹੈ ਜੇ ਜੀਵ ਨੂੰ ਗੁਰੂ ਮਿਲ ਪਵੇ ਤਾਂ ਉਹ ਪਰਮਾਤਮਾ ਪ੍ਰਤੱਖ ਦੇਖ ਪੈਂਦਾ ਇੱਕ ਪਰਮਾਤਮਾ ਹੀ ਜ਼ਰੇ ਜ਼ਰੇ ਵਿੱਚ ਵਸ ਰਿਹਾ ਹੈ ਹਰ ਪ੍ਰਮਾਤਮਾ ਨੂੰ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਵਸਦਾ ਹੈ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੂਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਅਰਥ ਇਹ ਭਾਈ ਪ੍ਰਮਾਤਮਾ ਨੂੰ ਟੁੱਟੇ ਹੋਏ ਸਾਰੇ ਮਨੁੱਖ ਦੁਨੀਆਂ ਢੂੰਡ ਢੋਡ ਕੇ ਆਤਮਿਕ ਮੌਸ ਸੇ ਹਟ ਲੈਂਦੇ ਹਨ ਪਰ ਗੁਰੂ ਨੇ ਮੈਨੂੰ ਇੱਕ ਅਜਬ ਤਮਾਸ਼ਾ ਦਿਖਾਇਆ ਮੈਂ ਆਪਣੀ ਮਤ ਅਨੁਸਾਰ ਬੜੇ ਗੋਹ ਨਾਲ ਆਪਣਾ ਸਾਰਾ ਸਰੀਰ ਖੋਜਿਆ ਹੈ ਪ੍ਰਭੂ ਦੀ ਹੋਣ ਦਾ ਗਿਆਨ ਨਾ ਹੋ ਸਕਿਆ ਗੁਰੂ ਦੀ ਮਤੋਤੇ ਤੁਰ ਕੇ ਆਪਣੇ ਹਿਰਦੇ ਘਰ ਵਿੱਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਗਟਿਓ ਕਰ ਮੰਦਰ ਹਾਰ ਪ੍ਰਭ ਲਹੇ ਜੋ ਨਰ ਭਰਮ ਪਰਮ ਉਧਿਆਨੇ ਤੇ ਸਾਖ ਤੂ ਮੂਡ ਮੁਹੇ ਜਿਉ ਮ੍ਰਿਗਨਾਵ ਬਸੈ ਬਾਸ ਬਸਨਾ ਭ੍ਰਮ ਭ੍ਰਮਿਓ ਝਾਰ ਗਹੇ ਪੰਨਾ 1336 ਅਰਥ ਉਂਝ ਤਾਂ ਹਰੇਕ ਸਰੀਰ ਸ਼ਹਿਰ ਵਿੱਚ ਪਰਮਾਤਮਾ ਵਸਦਾ ਹੈ ਪਰ ਗੁਰੂ ਦੀ ਮਤ ਦੀ ਬਰਕਤ ਨਾਲ ਇਹ ਯਕੀਨ ਜਾਂ ਨਿਸ਼ਚਾ ਬਣ ਜਾਂਦਾ ਹੈ ਜਿਸ ਸਰੀਰ ਸਰੂਪ ਵਿੱਚ ਪਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ ਉਸ ਹਿਰਦੇ ਘਰ ਵਿੱਚ ਉਸ ਹਿਰਦੇ ਮੰਦਰ ਵਿੱਚ ਪਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ ਉਤੋਂ ਹੀ ਪਰਮਾਤਮਾ ਲੱਭ ਪੈਂਦਾ ਹੈ ਪੜ੍ਹੇ ਭਾਈ ਜਿਹੜੇ ਮਨੁੱਖ ਆਪਣੇ ਅੰਦਰੋਂ ਲੱਭਣ ਦੀ ਥਾਂ ਪ੍ਰਭੂ ਦੀ ਪ੍ਰਾਪਤੀ ਲਈ ਜੰਗਲਾਂ ਵਿੱਚ ਭਟਕਦੇ ਫਿਰਦੇ ਉਹ ਮੂਰਖ ਲੋਕ ਰੱਬ ਨਾਲੋਂ ਉਵੇਂ ਹੀ ਟੁੱਟੇ ਰਹਿੰਦੇ ਹਨ ਜਿਵੇਂ ਕਸਤੂਰੀ ਦੀ ਸੁਗੰਧੀ ਤਾਂ ਹਿਰਦਿ ਧੁਨੀ ਵਿੱਚ ਹੀ ਹੁੰਦੀ ਹੈ ਪਰ ਉਹ ਬਾਹਰ ਭਟਕ-ਭਟਕ ਕੇ ਝਾੜੀਆਂ ਵਿੱਚੋਂ ਫੜਦਾ ਗ헤 ਫਿਰਦਾ ਭਾਵ ਝਾੜੀਆਂ ਵਿੱਚੋਂ ਲੱਭਦਾ ਲੱਭਦਾ ਪਰ ਲੱਭਦਾ ਕੁਸ਼ੀ ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀ ਆ ਸਮਝਾਏ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤ ਹੂ ਨਾ ਜਾਏ ਪੰਨਾ 1103 ਪਰਮਾਤਮਾ ਦੀ ਮੌਜੂਦਗੀ ਆਪਣੀ ਸਿਰਜਣਾ ਦੇ ਕਣ-ਕਣ ਵਿੱਚ ਪਰ ਉਸ ਦੇ ਆਤਮਿਕ ਦਰਸ਼ਨ ਕੇਵਲ ਮਨੁੱਖਾ ਦੇ ਦੇ ਅੰਦਰੋਂ ਹੀ ਹੁੰਦੇ ਹਨ ਸਾਰੀ ਗੁਰਬਾਣੀ ਸਿਧਾਂਤ ਦੇ ਅਨੁਸਾਰ ਘਰ ਬੈਠਿਆਂ ਹਰ ਪਾਏ ਪੰਨਾ 446 ਦੀ ਹੀ ਗੱਲ ਹੈ ਚਿੱਤ ਚੱਲੇ ਵਿਤ ਜਾਵਣੋ ਸਾਖਤ ਡੋਲ ਢੁਲਾਏ ਬਾਹਰ ਢੂੰਡ ਬਿਗੁੱਚੀਐ ਘਰ ਮੈਂ ਵਸਤ ਸੁਥਾਏ ਮਨਮੁਖ ਹੋਮੇ ਕਰਮੁਸੀ ਗੁਰਮੁਖ ਪੱਲੇ ਪਾਏ ਪੰਨਾ 62 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 6ਵੇਂ ਕਾਂਡ ਦਾ ਦੂਜਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ